ਅਸਲਾਮੁਅਲੈਕੁਮ ਭਾਜੀ। ਵਾਅਲੈਕੁਮ ਅਸਲਾਮ। ਠੀਕ ਹੋ? ਹੋਰ ਅੱਲਾ ਦਾ ਕਿਸ ਤਰ੍ਹਾਂ ਆਏ ਹੋ ਇਧਰ, ਕਿਧਰ ਫੇਰ ਰਹੇ ਹੋ? ਮੈਂ ਵੈਸੇ ਪਾਰਕ ਚ। ਅੱਛਾ ਅੱਛਾ, ਵੈਸੇ ਵੈਸੇ ਪਤਾ ਤੁਹਾਨੂੰ ਕੌਣ ਫੇਰਦੇ ਹੁੰਦੇ ਨੇ? ਇਨਸਾਨ ਹੀ ਭਾਜੀ, ਤੁਸੀਂ ਵੀ ਫੇਰ ਰਹੇ ਹੋ, ਅਸੀਂ ਵੀ ਫੇਰ ਰਹੇ ਹਾਂ। ਬਿਲਕੁਲ ਠੀਕ ਹੈ। ਹੋਰ ਬੜਾ ਮਾਸ਼ਾਅੱਲਾ ਡਰੈਸ ਨੂੰ ਸਿਖਾਇਆ ਜੀ, ਕੀ ਇਹ ਤੇ ਹਾਂਜੀ ਦੇ ਕੀ ਨਾਲ ਜਾਂਦੇ ਹੋ? ਨਹੀਂ ਨਹੀਂ, ਹੋਰ ਵੈਸੇ ਹੀ ਆਪਣਾ ਜੌਬ ਕਰੀ ਦੀ। ਜੌਬ ਕਾਦੀ ਜੌਬ ਕਰਦੇ? ਜੋ ਵੀ ਹੋਵੇ ਤੁਹਾਨੂੰ ਕੀ ਲੱਗੇ ਗੱਲ? ਤੁਹਾਨੂੰ ਕੀ ਲੱਗੇ ਗੱਲ? ਅੱਛਾ, ਨਹੀਂ ਨਹੀਂ ਉਹ ਤਾਂ ਠੀਕ ਹੈ। ਨਹੀਂ ਤੁਸੀਂ ਇੰਜ ਕਨੈਕਟ ਪੁੱਛਦੇ ਜਿਵੇਂ ਰਿਸ਼ਤੇਦਾਰ ਹੁੰਦੇ ਹੋ। ਮੈਂ ਨਹੀਂ, ਤੁਸੀਂ ਰਿਸ਼ਤੇਦਾਰ ਹੋ, ਅਸੀਂ ਅਲਹਮਦੁਲਿਲਾ ਮੁਸਲਮਾਨ ਭਰਾ ਵਾਂ। ਭਰਾ ਤਾਬੇਦਾਰ ਭਾਈ, ਕੋਈ ਗੱਲ ਇਹ ਕਿੰਨੇ ਦੀ ਲਈ ਜੇ? ਮਾਸ਼ਾਅੱਲਾ ਬੜੀ ਸੋਹਣੀ ਲੱਗਦੀ ਯਾਰ। ਮੈਂ ਕਿਸੇ ਦਾ ਇੰਤਜ਼ਾਰ ਕਰਦਾ, ਮਿਹਰਬਾਨੀ ਯਾਰ, 10 ਮਿੰਟ ਬਾਅਦ ਚ ਆ ਜਾਣਾ, ਫਿਰ ਕੰਮ ਕਰ। ਭਾਈ ਮੈਂ ਤੇਰੇ ਕੋਲ ਮੰਗਣ ਨਹੀਂ ਆਇਆ, 10 ਮਿੰਟ ਬਾਅਦ ਜੇ ਮੈਂ ਤੇਰਾ ਹਾਲ ਚਾਲ ਪੁੱਛਣ ਆਇਆ। ਚਲੋ ਹਾਲ ਠੀਕ ਠਾਕ ਭਾਈ ਜਾਨ, ਬਿਲਕੁਲ। ਮੈਂ ਤੇ ਇਹ ਕਿੰਨੇ ਦੀ ਲਈ ਜੇ ਦੱਸੋ ਜ਼ਰਾ? ਇਹ ਮੈਂ 7,500 ਦੀ। ਇਹ ਮੈਂ 7,500 ਦੀ। ਅੱਛਾ ਅੱਛਾ ਯਾਰ, ਇਹ ਉਧਰ ਮੈਂ ਲੰਡੇ ਬਾਜ਼ਾਰ ਦੇ ਵਿੱਚੋਂ ਦੀ ਯਾਰ, ਦੋਨੇ ਦੇ 30-30 ਰੁਪਏ ਲਾਈਆਂ। ਕਿਉਂ ਯਾਰ ਲਾਈਆਂ ਹੁਣ? ਮੈਨੂੰ ਕਿਹਨੇ ਤੂੰ ਹੋਈ ਰਿਅਲ ਸੈਲਟ ਦਾ ਨਾ ਕਰ, ਰਿਅਲ ਸੈਲਟ ਦਾ ਨਾ ਕਰ। ਨਹੀਂ ਨਹੀਂ ਤੂੰ ਮੇਰਾ ਭਰਾ ਹੈ, ਰਿਅਲ ਸੈਲਟ ਕਰ ਦੀ ਇਹ ਬਰਲ ਹੁਣੇ ਵਿੱਚ ਨਹੀਂ। ਨਹੀਂ ਕਿਉਂ? ਜਾ ਯਾਰ ਜਾ, ਤੇਰੀ ਮਿਹਰਬਾਨੀ ਮੈਨੂੰ ਤੰਗ ਨਾ ਕਰ ਜਾ। ਤੇਰੀ ਮਿਹਰਬਾਨੀ ਮੈਨੂੰ ਤੰਗ ਨਾ ਕਰ ਜਾ। ਮੈਂ ਅੱਗੇ ਕਿਸੇ ਦਾ ਇੰਤਜ਼ਾਰ ਕਰ ਰਿਹਾ। ਕਿਹਦਾ ਇੰਤਜ਼ਾਰ ਕਰ? ਉਹ ਕਿਸੇ ਦੋਸਤ ਦਾ ਇੰਤਜ਼ਾਰ ਕਰ ਰਿਹਾ। ਦੋਸਤ ਦਾ? ਨਹੀਂ, ਦੋਸਤ ਕਿਸ ਕਿਸਮ ਦਾ ਦੋਸਤ ਹੈ ਦੱਸੋ? ਯਾਰ ਉਹ ਜਿਸ ਕਿਸਮ ਦਾ ਵੀ ਹੋਵੇ ਦੋਸਤ, ਮੈਂ ਇੰਤਜ਼ਾਰ ਕਰ ਰਿਹਾ ਕਿਸੇ ਦਾ, ਤੇ ਤੁਹਾਨੂੰ ਕੀ ਇਸ ਗੱਲ ਦੀ ਜ਼ਰੂਰਤ? ਕੀ ਦਿਲਚਸਪੀ ਲੈਣਾ ਚਾਹੁੰਦੇ ਹੋ ਤੁਸੀਂ? ਯਾਰ ਜਿਹੜਾ ਤੇਰਾ ਦੋਸਤ ਹੈ ਉਹ ਮੇਰਾ ਵੀ ਦੋਸਤ ਹੋ ਸਕਦਾ। ਜੀ ਜੀ ਬਿਲਕੁਲ ਬਿਲਕੁਲ, ਤੂੰ ਨਹੀਂ ਦੋਸਤ ਕਿਸੇ ਦਾ ਹੈ। ਅੱਛਾ ਚਲੋ ਇਹ ਗੱਲਾਂ ਛੱਡੋ, ਇਸ ਪਾਰਕ ਵਿੱਚ ਘੁੰਮਣ ਆਏ ਹੋ? ਹਾਂਜੀ। ਤੇ ਤੁਸੀਂ ਇੰਜ ਕਰੋ, 10,000 ਰੁਪਏ ਕਰ ਦਿਓ। ਅੱਛਾ, ਕਿਵੇਂ ਕਾ ਦੇ ਤੋ ਪਾਰਕ ਦਾ? ਪਾਰਕ ਵਿੱਚ ਆਇਆ ਘੁੰਮਣ ਤੇ ਫਿਰ 10,000 ਰੁਪਏ ਤਾਂ ਮੰਗਣ ਦੇ ਆਂ? ਤੇ ਕਾ ਤੁਸੀਂ ਪਾਰਕ ਦਾ ਇੱਕ ਹਿੱਸਾ ਮੈਨੂੰ ਮਾਲਕ ਬਣਾ ਦਿਓ ਤੇ ਮੈਂ ਤੁਹਾਨੂੰ 20 ਦੇ ਦਿਆਂਗਾ। ਪਾਰਕ ਦਾ ਇੱਕ ਹਿੱਸਾ ਮੈਨੂੰ ਮਾਲਕ ਬਣਾ ਦਿਓ ਤੇ ਮੈਂ ਤੁਹਾਨੂੰ 20 ਦੇ ਦਿਆਂਗਾ। ਪਰ ਤੁਸੀਂ ਇਹ ਮੈਨੂੰ ਗੱਲ ਦੱਸੋ ਕਿ ਜਿਹੜਾ ਮੈਂ ਹੁਣ ਤੁਹਾਡੇ ਕੋਲ 10,000 ਰੁਪਏ ਪਤਾ ਕਾਹਦਾ ਮੰਗਣਾ ਪਿਆ? ਮੈਂ ਇਸ ਪਾਰਕ ਦਾ ਮੈਨੇਜਰ ਹਾਂ। ਓ ਨੋ, ਠੀਕ ਹੈ। ਤੇ ਤੁਸੀਂ ਵੀ ਆਪਣੀ ਗਰਲਫ੍ਰੈਂਡ ਦਾ ਇੰਤਜ਼ਾਰ ਕਰਦੇ ਪਏ ਹੋ ਤੇ ਤੁਹਾਡੇ ਸਿਰੇ 10,000 ਕੁਛ ਵੀ ਨਹੀਂ, 10,000 ਦੇ ਦਿਓ। ਜੇ ਪਾਰਕ ਦਾ ਮੈਨੇਜਰ 10,000 ਮੰਗ ਰਿਹਾ ਹੈ ਤੇ ਫਿਰ ਇੰਜ ਕਰ, ਇਸ਼ਾਰੇ ਤੇ ਚਲਿਆ ਜਾ, ਸ਼ਾਇਦ ਬਹੁਤੇ ਮਿਲ ਜਾਣ ਤੈਨੂੰ, ਤੇ ਜਾ ਕੰਮ ਕਰ ਜਾ ਕੇ ਯਾਰ। ਤੇਰੀ ਮਿਹਰਬਾਨੀ, ਮੈਨੂੰ ਤੰਗ ਨਾ ਕਰ, ਮੈਂ ਅੱਗੇ ਬਹੁਤ ਇੰਤਜ਼ਾਰ 'ਚ ਨਾ ਪਰੇਸ਼ਾਨ ਹੈਗਾ। ਨਹੀਂ ਇਹਦੇ 'ਚ ਰੋ ਪਾਉਣ ਵਾਲੀ ਕਾਹਦੀ ਗੱਲ, ਇਹਦੇ 'ਚ ਰੋ ਪਾਉਣ ਵਾਲੀ ਕਾਹਦੀ ਗੱਲ? 10,000 ਰੁਪਇਆ ਮੈਂ ਕਿਹੜਾ ਅੱਗੇ ਰੋਂਦਿਆਂ ਪਾਏ ਨਾ, ਮੈਂ ਅੱਗੇ ਪਰੇਸ਼ਾਨ ਕਿਸੇ ਦੀ? ਬਈ ਯਾਰ ਤੂੰ ਆ ਕੇ ਮੈਨੂੰ ਸ਼ਰਮਿੰਦਿਆਂ ਕਰਨ ਦਿਆਂ, ਨਾ ਤੂੰ ਮੇਰਾ ਰਿਸ਼ਤੇਦਾਰ ਹੈ ਨਾ ਤੂੰ ਭਰਾ ਹੈ, ਤੂੰ ਮੇਰੇ ਕੋਲ ਲੈਣਾ ਕੀ ਚਾਹਨਾ? ਜਲ ਕੰਮ ਕਰ ਜਾ ਕੇ, ਜਾ ਸ਼ਾਬਾਸ਼। ਰਿਸ਼ਤੇਦਾਰੀ ਵਾਲੀ ਤੇ ਗੱਲ ਨਾ ਕਰ, ਤੇਰੀ ਮੇਰੀ ਰਿਸ਼ਤੇਦਾਰੀ ਮੁਸਲਮਾਨ, ਅਸੀਂ ਭਰਾ ਭਰਾ ਹਾਂ। ਚਲੋ ਫਿਰ ਜਾ ਮੇਰਾ, ਜਾ ਪੈਸੇ ਕੱਢ ਬਸ, ਜਾ ਕੰਮ ਕਰ ਜਾ। ਪੈਸੇ ਕੱਢ, ਤੈਨੂੰ ਮੈਂ ਕਹਿ ਰਿਹਾ 10,000 ਰੁਪਏ ਕੱਢ। ਤੂੰ ਇੱਥੇ ਖਲੋ ਜਾ, ਮੈਂ ਹੋਰ ਪਾਸੇ ਤੇ ਰਹਿ। ਉਹ ਭਾਈ ਹੈਲੋ, ਤੇ ਪੈਸੇ ਕੱਢ ਕੇ ਜਾ, ਹੱਥ ਤੇ ਛੱਡ ਦਿਓ ਨਾ ਯਾਰ, ਇਹ ਇਸ ਤਰ੍ਹਾਂ ਦਾ ਕਾਰ ਕਰਨਾ ਕਰੋ। ਤੂੰ ਮੈਨੂੰ ਜਾਣਦਾ ਨਹੀਂ, ਮੈਂ ਕੌਣ? ਤੁਹਾਡੀ ਗੱਲ ਠੀਕ ਹੈ, ਬਦਮਾਸ਼ ਹੋਏਗਾ ਜੋ ਵੀ ਹੋਏਗਾ, ਬਕਾਇਆ ਇਤੋਂ ਹੱਥ ਨਹੀਂ ਫੜਨਾ। ਵੈਸੇ ਮੈਂ ਜਾ ਰਿਹਾ, ਤੇਰੀ ਜਗ੍ਹਾ ਹੈ ਨਾ, ਤੂੰ ਇੱਥੇ ਖਲੋ ਜਾ, ਮੈਂ ਹੋਰ ਪਾਸੇ ਚਲਾ ਜਾਣਾ। ਤੂੰ ਮੈਨੂੰ ਜਾਣਦਾ ਨਹੀਂ? ਮੈਂ ਜਾਣਨਾ, ਮੈਂ ਜਾਣਨਾ ਜੋ ਕੁਛ ਹੈ, ਮੰਗਣ ਵਾਲਾ ਤੂੰ ਜੇ 10,000 ਮੰਗ ਰਿਹਾ ਮੇਰੇ ਕੋਲ, ਜੇ ਫਿਰ ਜਾਣਨਾ ਮੈਂ ਤੈਨੂੰ ਹੋਰ ਕੀ ਮੇਰੇ ਕੋਲ ਹੁਣ ਕੋਈ ਲੈਣਾ? ਓਏ ਮੰਗਣ ਵਾਲਾ ਕਿਹਨੂੰ ਕਹੇ? ਆ 10 ਮੰਗ ਨਹੀਂ ਰਿਹਾ ਤੇ ਮੰਗਣ ਵਾਲਾ ਹੋਇਓ ਨਾ। ਉਹ ਮੈਂ ਇਸ ਪਾਰਕ ਦਾ ਮੈਨੇਜਰ ਹਾਂ। ਉਹ ਮੈਨੇਜਰ ਹੀ ਹੈ ਨਾ, ਮੈਨੇਜਰ ਤੂੰ ਤੇ ਮੈਨੇਜਰ ਆ, ਮੈਂ ਕਿਹਾ ਮੇਰੇ ਕੋਲ ਤਾਂ ਮੰਗ ਰਿਹਾ ਨਾ, ਤੇ ਗੱਲ ਮੁੱਕ ਗਈ। ਜਾ ਮੇਰਾ ਵੀ, ਮੈਨੂੰ ਇਹ ਦੱਸ ਜੱਗੇ ਗੁੱਜਰ ਨੂੰ ਜਾਣਨਾ? ਹਾਂ ਜਾਣ, ਸੁਣਿਆ ਫਿਲਮਾਂ 'ਚ ਵੇਖਿਆ ਜੱਗਾ, ਮੈਂ ਉਹਦਾ ਭਤੀਜਾ ਵਾਂ। ਠੀਕ ਹੈ, ਤੂੰ ਮਾਮਦੀਨ ਨੂੰ ਜਾਣਨਾ? ਉਹ ਕੌਣ ਹੈ? ਤੂੰ ਮੇਰਾ ਦਿਮਾਗ ਨਾ ਖਰਾਬ ਕਰ। ਉਹ ਦਿਮਾਗ ਤੇ ਤੂੰ ਖਰਾਬ ਆਉਣ ਆ ਗਿਆ ਮੇਰੇ ਕੋਲ ਕਰਾਨਾ, ਦਿਮਾਗ ਤੇ ਤੂੰ ਖਰਾਬ ਆਉਣ ਆ ਗਿਆ ਮੇਰੇ ਕੋਲ ਕਰਾਨਾ। ਤੇ ਅੱਲਾ ਦੇ ਬੰਦੇ ਜਾ ਕੰਮ ਕਰ ਜਾ ਕੇ, ਕਿੱਥੋਂ ਬਹਿਸ ਕਰ ਲਈਏ, ਜਾ ਚਲਿਆ ਜਾ ਯਾਰ। ਉਹ ਦੇਖ ਰਹੇ ਬੰਦੇ ਬੈਠੇ ਹੋ ਸਾਹਮਣੇ? ਹਾਂਜੀ ਹਾਂਜੀ। ਉਹ ਜਿਹੜਾ ਨਾ, ਉਹਨਾਂ ਕੋਲ ਵੀ ਮੈਂ 10,000 ਰੁਪਏ ਲੈ ਕੇ ਆਇਆ। ਮਜ਼ਾਕ ਕਰ ਰਹੇ ਤੇ ਹਕੀਕਤ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਹਰ ਕਰਦਾ? ਉਹ ਭਾਈ ਹਕੀਕਤ ਤੇ ਮੈਂ ਤੈਨੂੰ ਹੁਲੀਏ ਲੁਕਾਉਣ ਲੱਗਣਾ, ਮੰਗਣ ਵਾਲਾ ਲੱਗਣਾ? ਤੇ 10,000 ਕਿਸ ਚੀਜ਼ ਦਾ ਲੈ ਰਿਹਾ? ਮੈਂ ਤੇਰੇ ਕੋਲ ਕੁਛ ਸ਼ੈ ਲਈ ਆ ਜਾਂ ਕੀ ਵਜ੍ਹਾ ਹੈ ਕਿ ਜਿਹੜਾ 10,000 ਮੈਂ ਲੈ ਰਿਹਾ? ਜਨਾਬ ਇਹ ਪਾਰਕ ਅਸੀਂ ਏਡੀ ਖੂਬਸੂਰਤ ਸਜਾਈ ਏ, 10 ਇੰਨਾ ਰੁਪਈਆ। ਚਲ ਅੱਛਾ, ਜਿਸ ਤੇ ਮੈਂ ਉੱਥੇ ਪਾਰਕ 'ਚ ਬਾਹਰ ਬੋਰਡ ਲਾਏਗਾ ਨਾ ਤੂੰ, ਤੇ ਮੈਂ ਅਸੀਂ ਇੰਨੇ ਰੁਪਈਏ ਲਾਏ ਨੇ, ਅਸੀਂ ਫਿਰ ਨਾ ਹੋਰ ਰੁਪਈਏ ਤੁਹਾਨੂੰ ਨਾ ਖਰਾਇਦ ਦੇ ਕੇ ਤੇ ਫਿਰ ਆਵਾਂਗੇ। ਫਿਰ ਨਾ ਹੋਰ ਰੁਪਈਏ ਤੁਹਾਨੂੰ ਨਾ ਖਰਾਇਦ ਦੇ ਕੇ ਤੇ ਫਿਰ ਆਵਾਂਗੇ। ਜਾ ਮੇਰਾ ਵੀਰ, ਕੰਮ ਕਰ ਫਿਰ ਮੈਂ। ਓਏ ਹੈਲੋ, ਗਿਰੇਵਾਨ ਤੱਕ ਨਹੀਂ ਜਾਣਾ। ਕਿਉਂ? ਗਿਰੇਵਾਨ ਤੱਕ ਨਹੀਂ ਜਾਣਾ, ਇਹ ਤੈਨੂੰ ਮੈਂ ਦੱਸ ਦਿੱਤਾ ਹੈ। ਜੇ ਤੂੰ ਆਪਣੇ ਆਪ 'ਚ ਫੰਨੇ ਖਾਂ ਬਣਿਆ ਹੈ ਨਾ, ਤੇ ਘੱਟ ਮੰਮੀ ਨਹੀਂ ਆਵਾਂ, ਮਾਮਦੀਨ ਦਾ ਪੋਤਰਾ ਹੈ। ਜਾ ਕੰਮ ਕਰ ਜਾ ਤੇ।
ਕਿਆ ਕੰਮ ਕਰ ਜਾ ਕੇ ਕਿੱਥੋਂ ਜੁਗਤਾ ਲੈਣ ਆ ਗਏ ਜਾ ਕੇ ਜਾ ਓਏ ਓਏ ਤੈਨੂੰ ਮੈਂ ਕਹਿ ਰਿਹਾ ਤਮੀਜ਼ ਦੇ ਨਾਲ ਨਾ ਪੈਸੇ ਦੇ ਦੇ ਮੈਂ ਤੈਨੂੰ ਕਹਿ ਰਿਹਾ ਓ ਮੈਂ ਤੇਰੇ ਕੋ ਕਰਜ਼ ਲੈ ਨੇ ਜਾ ਮੈਂ ਤੇਰੇ ਕੋ ਕਰਜ਼ ਲੈ ਨੇ ਜਾ ਕੰਮ ਕਾ ਦਿਮਾਗ ਨਾ ਖਰਾਬ ਕਰ ਮੈਂ ਸਾਰੇ ਕੇ ਦਿੰਦੇ ਪਏ ਨੇ ਤੂੰ ਕੁਝ ਤੂੰ ਗੱਲੇ ਨੇ ਨਹੀਂ ਦੇਣੇ ਚੱਲ ਜਾ ਯਾਰ ਜਾ ਦਿਮਾਗ ਨਾ ਖਰਾਬ ਕਰ ਓਏ ਇਹਨੂੰ ਜੇਬ ਚ ਪਾ ਇਹਨੂੰ ਇਹਨੂੰ ਜੇਬ ਦੇ ਵਿੱਚ ਪਾ ਇਹ ਕੀ ਕਰਨ ਦਿਆ ਮੇਰੇ ਨਾਲ ਹੱਥ ਪਾਈ ਕਰਨ ਦਿਆ ਕੀ ਕਰਨ ਦਿਆ ਮੇਰੇ ਨਾਲ ਹੱਥ ਪਾਈ ਕਰਨ ਦਿਆ ਜੇਬ ਚ ਪਾ ਤੇ ਮੈਂ ਬਦਮਾਸ਼ੀ ਵਹਾ ਰਿਹਾ ਮੈਨੂੰ ਬਦਮਾਸ਼ੀ ਲੱਗੀ ਤਾਂ ਮੋਬਾਈਲ ਚੁੱਕੇ ਕਿਹਦਾ ਕਿਹਦਾ ਚੁੱਕੇ ਮੇਰਾ ਮੈਂ ਹਾਂ ਹਾਂ ਓਏ ਜਾ ਯਾਰ ਜਾ ਕੰਮ ਸਿਰ ਇੰਤਜ਼ਾਰ ਕਰ ਰਹੇ ਆ ਜਾ ਕੰਮ ਕਰ ਜਾ ਕੇ ਕਿਹਦੀ ਓਏ ਤੈਨੂੰ ਮੈਂ ਕਹਿ ਰਿਹਾ ਬੰਦਾ ਬਣ ਜਾ ਤੈਨੂੰ ਮੈਂ ਕਹਿ ਰਿਹਾ ਤੂੰ ਮੈਨੂੰ ਨਹੀਂ ਜਾਣਦਾ ਇਹਨੂੰ ਆਨਾ ਤੂੰ ਬੰਦਾ ਬਣ ਜਾ ਤੇ ਜਾ ਕੰਮ ਕਰ ਜਾ ਕੇ ਕੋ ਹੋਰ ਨਾ ਸਿਆਪਾ ਪਾ ਲੈ ਤੂੰ ਨਹੀਂ ਬਾਜ਼ ਆਣਾ ਨਹੀਂ ਬਾਜ਼ ਆਣਾ ਮੈਂ ਜੇ ਮੈਂ ਕੀ ਕਰਨ ਦੇ ਜਿਹੜਾ ਬਾਜ਼ ਨਹੀਂ ਆਣਾ ਜਾ ਕੰਮ ਕਰ ਜਾ ਕੇ ਦਿਮਾਗ ਖਰਾਬ ਨਾ ਕਰ ਮੈਂ ਕੀ ਕਰਨ ਦੇ ਜਿਹੜਾ ਬਾਜ਼ ਨਹੀਂ ਆਣਾ ਜਾ ਕੰਮ ਕਰ ਜਾ ਕੇ ਦਿਮਾਗ ਖਰਾਬ ਨਾ ਕਰ ਮੈਂ ਕਿਸੇ ਦਾ ਇੰਤਜ਼ਾਰ ਕਰ ਰਿਹਾ ਲੈ ਉਰਾ ਆ ਫਿਰ ਐ ਵੇਖ ਤੇ ਅੱਛਾ ਠੀਕ ਹੈ ਤੈਨੂੰ ਮੈਂ ਪਹਿਲੇ ਕਿਹਾ ਨਾ ਮੈਂ ਜੱਗੇ ਗੁਜਰ ਦਾ ਭਤੀਜਾ ਹਾਂ ਅੱਛਾ ਅੱਛਾ ਠੀਕ ਹੈ ਭਾਂਜੀ ਮਿਹਰਬਾਨੀ ਹੋਰ ਮਿਹਰਬਾਨੀ ਕਾਦੀ ਬਸ ਤੂੰ ਮਾਮਦੀਨ ਕੋ ਆਵੀ ਇਹਦਾ ਕੀ ਲੱਗਦਾ ਸਾ ਨਹੀਂ ਨਹੀਂ ਉਹ ਭੈ ਪੋਤਰਾ ਮੈਂ ਉਹਦਾ ਬਕਾਇਆ ਆਇਆ ਕਿ ਜਾਨੀ ਕਿ ਕੋਈ ਗੱਲ ਨਹੀਂ ਭਾਜੀ ਨਹੀਂ ਕੋਈ ਕੀ ਗੱਲ ਨਹੀਂ ਹੈ ਮੈਂ ਤੈਨੂੰ ਕੀ ਕਿਹਾ ਕਿ ਮੈਂ ਬਦਮਾਸ਼ ਹਾਂ ਜੀ ਮਿਹਰਬਾਨੀ ਬਹੁਤ ਸ਼ੁਕਰੀਆ ਸਰ ਇਧਰ ਇਧਰ ਆ ਕਿਧਰ ਹੈ ਮੈਂ ਚੱਲਿਆ ਤੁਸੀਂ ਖਲੋ ਮੈਂ ਤੁਹਾਡੀ ਜਗ੍ਹਾ ਤੇ ਨਹੀਂ ਖਲੋ ਸਕਦਾ ਓ ਸਾਡੀ ਜਗ੍ਹਾ ਤੇ ਕੰਡੇ ਵਿਛੇ ਨੇ ਕੀ ਗੱਲ ਆਸ਼ ਬੰਦੇ ਹੋ ਭਾਜੀ ਮਿਹਰਬਾਨੀ ਮੈਨੂੰ ਹੁਣ ਜਾਣ ਦਿਓ ਮੈਂ ਬੋ ਭਾਜੀ ਮਿਹਰਬਾਨੀ ਮੈਨੂੰ ਹੁਣ ਜਾਣ ਦਿਓ ਜਾ ਰਿਹਾ ਕੋ ਕੰਮ ਨਹੀਂ ਇੱਥੇ ਖਲੋ ਪੈਸੇ ਕੱਢ ਮਿਹਰਬਾਨੀ ਕੱਢ ਨਾ ਕੱਢ ਪੈਸੇ ਕੱਢ ਇਹ ਕੀ ਹੈ ਮਿਹਰਬਾਨੀ ਮੇਰੇ ਕੋ ਇਹੋ ਹੀ ਪੈਸੇ ਵੀ ਮੇਰੇ ਕੋ ਸਿਰਫ ਕਰਾਇਆ ਹੈਗਾ ਬਹੁਤ ਮਿਹਰਬਾਨੀ ਉਹ ਮੈਂ ਤੇਰੇ ਕੋ ਕੋਈ ਮੰਗਣ ਨਹੀਂ ਆਇਆ ਤਾਂ ਮਿਹਰਬਾਨੀ ਤੁਹਾਡੀ ਮੇਰੇ ਕੋ ਸਿਰਫ ਕਰਾਇਆ ਸੀ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਉਹ 10000 ਪੂਰਾ ਕਰ ਭਾਈ ਕਿੱਥੋਂ ਦਾ ਕਰਾਇਆ ਤੇਰੇ ਕੋ ਮੈਂ ਜਾਣਾ ਗੱਡੀ ਤੇ ਜਾਣਾ ਤੇ ਦੂਰ ਜਾਣਾ ਤੇ ਮੈਂ ਟੈਕਸ ਤੇ ਨਾਸਤਾ ਨਹੀਂ ਕੀਤਾ ਬਹੁਤ ਸ਼ੁਕਰੀਆ ਓਏ ਇੱਧਰ ਆ ਇੱਧਰ ਆ ਕੀ ਹੋ ਦੁਹਾ ਭਾਈ ਮਿਹਰਬਾਨੀ ਮਿਹਰਬਾਨੀ ਭਾਈ ਮਿਹਰਬਾਨੀ ਬਹੁਤ ਸ਼ੁਕਰੀਆ ਨਹੀਂ ਤੂੰ ਕੀ ਕਹਿੰਦਾ ਤਾਂ ਪਹਿਲਾਂ ਕਿੱਥੋਂ ਦਾ ਬਦਮਾਸ਼ ਨਹੀਂ ਠੀਕ ਹੈ ਬਕਾ ਭਾਈ ਹੈ ਨਹੀਂ ਤੂੰ ਬੜਾ ਤੂੰ ਲੜਦਾ ਪਿਆ ਸਾਕੜਦਾ ਪਿਆ ਤੇ ਕਿਉਂ ਕੀ ਮਸਲਾ ਸੀ ਤੇਰਾ ਨਹੀਂ ਬਾਨੀ ਹੁਣ ਤੇ ਮੈਂ ਮਾਫੀ ਦੇ ਦੇ ਭਾਈ ਇਹ ਕੀ ਇਹ ਦੁਧਾ ਇਹ ਦੁਧਾ ਮਿਹਰਬਾਨੀ ਭਾਈ ਮਿਹਰਬਾਨੀ ਇਹ ਦੁਧਾ 5000 ਰੁਪਏ ਵੀ ਤੇਰੇ ਕੋਲ ਲਿਆ ਮੋਬਾਈਲ ਵੀ ਨਹੀਂ ਲਿਆ ਬੜਾ ਮੋਬਾਈਲ ਕੱਟ ਕੱਟ ਕੇ ਬਾਰ ਬਾਰ ਦਿਖਾ ਰਿਹਾ ਠੀਕ ਹੈ ਤੂੰ ਆਪਣੀ ਉਮਰ ਵੇਖ ਕੁੜੀਆਂ ਦੇ ਨੰਬਰ ਵਿੱਚ ਰੱਖੀ ਹੈ ਇੱਥੇ ਪਾਰਕਾਂ ਦੇ ਵਿੱਚ ਉਮਰ ਹੈ ਤੇਰੇ ਆਣ ਦੀ ਚਲੋ ਮੋਬਾਈਲ ਤੇ ਦੇ ਦਿਓ ਭਾਈ ਮਿਹਰਬਾਨੀ ਤੁਹਾਡੀ ਮੋਬਾਈਲ ਨਹੀਂ ਪੈਸੇ ਵੀ ਆ ਗਏ ਮੋਬਾਈਲ ਵੀ ਆ ਗਿਆ ਹੁਣ ਤੈਨੂੰ ਕੁਝ ਵੀ ਨਹੀਂ ਮਿਲਣਾ ਉਹ ਪਿੱਛੇ ਹਟ ਹੁਣ ਨਹੀਂ ਮਿਲਣਾ ਕੁਝ ਵੀ ਚਲੋ ਮਿਹਰਬਾਨੀ ਭਾਈ ਮਿਹਰਬਾਨੀ ਤੁਹਾਡੀ ਕੁਝ ਵੀ ਨਹੀਂ ਮਿਲਣਾ ਭਾਈ ਮਿਹਨਤ ਨਹੀਂ ਤੈਨੂੰ ਮਿਲ ਦੇਣਾ ਹੀ ਨਹੀਂ ਹੁਣ ਭਾਈ ਨਾ ਮਿਹਰਬਾਨੀ ਕਰਨ ਦੇ ਆ ਸ਼ਰਮਿੰਦਾ ਆ ਰਿਹਾ ਜਲੀਲ ਹੋ ਰਿਹਾ ਦੇਖੋ ਲੋਕ ਵੇਖਦੇ ਨੇ ਨਹੀਂ ਚੰਗਾ ਕੋਈ ਗੱਲ ਨਹੀਂ ਮੋਬਾਈਲ ਵੀ ਬੜਾ ਮਹਿੰਗਾ ਰੱਖਿਆ ਹੀ ਹੈ ਬੜੀ ਗੱਲ ਹੈ ਇੱਥੇ ਪਾਰਕ ਦੇ ਵਿੱਚ ਤੇਰੀ ਕੋਈ ਉਮਰ ਨਹੀਂ ਹੈ ਆਉਣ ਦੀ ਇਹ ਤੈਨੂੰ ਮੈਂ ਸਮਝਾਵਾਂ ਠੀਕ ਹੈ ਨਾ ਠੀਕ ਹੈ ਰੱਬ ਰੱਖ ਤੂੰ ਹੁਣ ਜਿਹੜਾ ਨਾ ਮੇਰੇ ਪਿੱਛੇ ਆਉਣ ਦੀ ਕੋਸ਼ਿਸ਼ ਨਹੀਂ ਕਰਨੀ ਅਸੀਂ ਵੀ ਬਦਮਾਸ਼ ਲੋਕ ਆ ਸਾਡੇ ਤੇ ਵੀ ਜਲਾਲਤ ਆਈ ਪੈਟਰੋਲ ਪਤਾ ਕਿੱਥੇ ਪਹੁੰਚਿਆ ਚਲੋ ਮੋਬਾਈਲ ਦੇ ਦਿਓ ਭਾਣ ਨਹੀਂ ਮੋਬਾਈਲ ਨਹੀਂ ਦੇਣਾ ਪੈਸੇ ਰੱਖ ਲਓ ਭਾਣ ਮੋਬਾਈਲ ਦੇ ਨਾ 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 ਮਿਹਰਬਾਨੀ ਨਾ 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 ਮੋਬਾਈਲ ਨਹੀਂ ਦੇਣਾ ਭਾਣ ਹੱਥ ਜੋੜ ਨਾ 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 ਅੱਛਾ ਸਲਾਮ ਅਲੈਕਮ ਦੇਖੋ ਪਰੇਸ਼ਾਨ ਨਹੀਂ ਹੋਣਾ ਉਹ ਸਾਹਮਣੇ ਸਾਡਾ ਕੈਮਰਾ ਲੱਗਾ ਤੁਹਾਡੇ ਨਾਲ ਪ੍ਰੈਂਕ ਸ਼ੂਟ ਹੋ ਰਿਹਾ ਸੀ ਯਾਰ ਕੋਈ ਇਸ ਤਰ੍ਹਾਂ ਵੀ ਕੰਮ ਕਰੀਦੇ ਨੇ ਯਾਰ ਅੱਲਾ ਦੇ ਬੰਦੇ ਆ ਤੂੰ ਖਿਆਲ ਕਰਿਆ ਕਰੋ ਆਪਣੇ ਆਪ ਇੱਕਦਮ ਕਿਸੇ ਨੂੰ ਸ਼ਾਟ ਕਰਕੇ ਆਵਾਜ਼ਾਰ ਕਰਕੇ ਪਰੇਸ਼ਾਨ ਕਰਕੇ ਕਰ ਛੱਡ ਯਾਰ ਕੰਮ ਦੇ ਜਾ ਕੇ ਦਿਮਾਗ ਦੀ ਛੱਡ ਯਾਰ ਨਹੀਂ ਯਾਰ ਇਸ ਤਰ੍ਹਾਂ ਦੇ ਕੰਮ ਕਰੀਦੇ ਹੁੰਦੇ ਨੇ ਮਿਹਰਬਾਨੀ ਮਿਹਰਬਾਨੀ ਉਹ ਤੁਹਾਡੇ ਨਾਲ ਪ੍ਰੈਂਕ ਹੋ ਰਿਹਾ ਸੀ ਯਾਰ ਪ੍ਰੈਂਕ ਹੋ ਰਿਹਾ ਤੂੰ ਮੇਰਾ ਪੱਠਾ ਬਾਤਾ ਮੇਰਾ ਇੰਤਜ਼ਾਰ ਸਾਰਾ ਕੋਈ ਆ ਮੋਬਾਈਲ ਚ ਲੈ ਗਏ ਚਲੋ ਚਲੋ ਮਾਫੀ ਚਾਹਨੇ ਭਾਜੀ ਉਧਰ ਹੱਥ ਲਾ ਦਿਓ ਕੈਮਰੇ ਕੇ ਹੱਥ ਲਾ ਦਿਓ ਤੁਹਾਡੀ ਵੀਡੀਓ ਯੂਜ਼ ਕਰ ਲਈਏ ਨਾ ਫਿਰ